ਸਾਹਿਬ ਜੱਸਾ ਸਿੰਘ ਜੀ ਰਾਮਗੜੀਆ ਸਾਹਿਬ ਦਾ ਜਨਮ ਦਿਹਾੜਾ ਖੰਨੇ ਵਿੱਚ ਵੀ ਮਨਾਇਆ ਜਾ ਰਿਹਾ। ਸਾਹਿਬ ਜੱਸਾ ਸਿੰਘ ਜੀ ਰਾਮਗੜੀਆ ਇੱਕ ਬਹੁਤ ਹੀ ਮਹਾਨ ਸਿੱਖ ਜਰਨੈਲ ਹੋਏ ਨੇ। ਬਹੁਤ ਵੱਡੀ ਉਹਨਾਂ ਦੀ ਮਾਨਵਤਾ ਨੂੰ, ਮਨੁੱਖਤਾ ਨੂੰ ਔਰ ਸਮਾਜ ਨੂੰ ਦੇਣ, ਅੱਜ ਉਹਨਾਂ ਦੇ ਜਿਹੜੇ ਨਕਸ਼ੇ ਕਦਮਾਂ 'ਤੇ ਚੱਲਣ ਦੀ ਲੋੜ ਹੈ, ਤਾਂ ਜੋ ਅਸੀਂ ਵੀ ਦੇਸ਼ ਪ੍ਰਤੀ, ਕੌਮ ਪ੍ਰਤੀ, ਸਮਾਜ ਪ੍ਰਤੀ ਆਪਣੇ ਮਨ ਦੇ ਵਿੱਚ ਕੋਈ ਨਾ ਕੋਈ ਜਜ਼ਬਾ ਪੈਦਾ ਕਰੀਏ। ਔਰ ਕਿਉਂਕਿ ਸਾਡਾ ਬੜਾ ਗੌਰਵਮਈ ਇਤਿਹਾਸ ਹੈ, ਦੁਨੀਆ ਦੇ ਹੋਰ ਕਿਸੇ ਖੂੰਜੇ ਵਿੱਚ ਚਲੇ ਜਾਓ, ਇਹੋ ਜਿਹਾ ਕੁਰਬਾਨੀਆਂ ਵਾਲਾ ਔਰ ਇੱਕ ਮਹਾਨ, ਇੱਕ ਐਸਾ ਗੌਰਵਮਈ ਇਤਿਹਾਸ ਜਿਹੜਾ ਸਾਨੂੰ ਯਾਦ ਰੱਖਣਾ ਚਾਹੀਦਾ। ਇਹੋ ਜਿਹੇ ਜਦੋਂ ਮਹਾਨ ਯੋਧਿਆਂ ਦੇ ਸਮਾਗਮ ਅਸੀਂ ਕਰਦੇ ਹਾਂ, ਤਾਂ ਉਹਦੇ ਵਿੱਚ ਜਿਹੜੀ ਆਉਣ ਵਾਲੀਆਂ ਸਾਡੀਆਂ ਯੰਗਰ ਜਨਰੇਸ਼ਨਸ ਨੇ, ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੇ, ਉਹ ਵੀ ਪ੍ਰੇਰਿਤ ਹੁੰਦੀਆਂ ਨੇ ਔਰ ਸਮਾਜ ਵੀ ਜਿਹੜਾ ਉਹ ਇਕੱਠਾ ਹੁੰਦਾ। ਰਾਮਗੜੀਆ ਭਾਈਚਾਰਾ, ਜੇ ਮੈਂ ਖੰਨੇ ਦੀ ਗੱਲ ਕਰਾਂ, ਤਾਂ ਬਹੁਤ ਵੱਡੀ ਦੇਣ ਆ ਸਾਡੇ ਖੰਨੇ ਦੀ ਤਰੱਕੀ ਔਰ ਖੁਸ਼ਹਾਲੀ 'ਚ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿੱਚ। ਔਰ ਆਹ ਜੋ ਸਾਡਾ ਰਾਮਗੜੀਆ ਭਵਨ ਜੀ ਟੀ ਰੋਡ ਦੇ ਉੱਤੇ ਬਣਿਆ, ਇੱਕ ਸ਼ਹਿਰ ਦੇ ਤਰੱਕੀ ਵਿੱਚ ਇੱਕ ਬਹੁਤ ਵੱਡਾ ਮੀਲ ਪੱਥਰ ਸਾਬਤ ਹੋ ਰਿਹਾ ਔਰ ਬਹੁਤ ਸਾਰੇ ਸਾਡੇ ਸ਼ਹਿਰ ਦੇ ਖੁਸ਼ੀਆਂ ਗਮੀਆਂ ਇੱਥੇ ਜਿਹੜੀਆਂ ਨੇ ਉਹ ਲੋਕ ਆਪਣੇ ਕਾਰਜ ਕਰਦੇ ਨੇ ਔਰ ਉਹਦੇ ਨਾਲ ਨਾਲ ਜਿਹੜੇ ਯਾਤਰੀ ਨੇ ਦੂਰੋਂ ਦੂਰੋਂ ਜਦੋਂ ਆਉਂਦੇ ਨੇ, ਤਾਂ ਉਹਨਾਂ ਨੂੰ ਇੱਥੇ ਰਹਿਣ ਦੀ ਬਹੁਤ ਵੱਡੀ ਸਹੂਲਤ ਜਿਹੜੀ ਆ ਉਹ ਸਾਡਾ ਇਹ ਰਾਮਗੜੀਆ ਭਵਨ ਦੇ ਰਿਹਾ। ਇਹ ਜੋ ਮੇਰਾ ਵਾਅਦਾ ਸੀ, ਕਿਉਂਕਿ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ, ਹੁਣ ਵੀ ਕੋਸ਼ਿਸ਼ ਕਰ ਰਹੇ ਹਾਂ, 25 ਲੱਖ ਰੁਪਇਆ ਅਸੀਂ ਮਿਊਂਸੀਪਲ ਕਮੇਟੀ ਦੇ ਫੰਡਾਂ ਵਿੱਚੋਂ ਜਿਹੜਾ ਉਹ ਮਨਜ਼ੂਰ ਹੋ ਚੁੱਕਿਆ ਔਰ ਜਲਦੀ ਕੰਮ ਸ਼ੁਰੂ ਹੋਣ ਜਾ ਰਿਹਾ ਔਰ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਸਮੇਂ 'ਚ ਇਸ ਭਵਨ ਦੇ ਨਿਰਮਾਣ ਲਈ ਦਿੱਤਾ ਜਾਊਗਾ ਅਤੇ ਇਹ ਸਾਡੀ ਜਿਹੜੀ ਸਰਕਾਰ ਆ ਉਹ ਇਸ ਪ੍ਰਤੀ ਵਚਨਬੱਧ ਹੈ। ਹਜੇ ਵੋਟਾਂ ਨੂੰ ਕਾਊਂਟਸ ਹੋਇਆ ਵਿਧਾਨ ਸਭਾ ਦੇ ਸੈਸ਼ਨ 'ਚ, ਹੁਣ ਸਾਡਾ ਜੂਨ ਦੇ ਪਹਿਲੇ ਹਫ਼ਤੇ ਜਾਂ ਦੂਜੇ ਹਫ਼ਤੇ ਪੂਰਾ ਬਜਟ ਸੈਸ਼ਨ ਬੈਠੂਗਾ। ਮੇਰੀ ਮੁੱਖ ਮੰਤਰੀ ਜੀ ਨਾਲ ਇਸ ਮੰਗ ਪ੍ਰਤੀ ਗੱਲ ਹੋਈ ਆ ਔਰ ਉਹਨਾਂ ਨੇ ਹਾਂ ਕੀਤੀ ਆ ਔਰ ਬੜੀ ਜਲਦੀ ਖੰਨਾ ਜਿਹੜਾ ਉਹ ਜ਼ਿਲ੍ਹਾ ਬਣੇਗਾ। ਮੈਂ ਪਹਿਲਾਂ ਤਾਂ ਸਾਰੇ ਹੀ ਕਾਮਗੜੀਆ ਬਰਾਦਰੀ ਨੂੰ ਇਸ ਗੱਲ ਦੀ ਮੁਬਾਰਕਬਾਦ ਦੇਣਾ ਚਾਹੁੰਦਾ ਵੀ ਜਿਨ੍ਹਾਂ ਨੇ ਇੰਨਾ ਵਧੀਆ ਅੱਜ ਖੰਨੇ ਦੇ ਵਿੱਚ ਇਹਨਾਂ ਨੇ ਗੁਰੂ ਸਾਹਿਬ ਦਾ ਪਾਠ ਰਖਾਇਆ ਅਤੇ ਸਾਰੇ ਹੀ ਦੁਨੀਆ ਦੇ ਵਿੱਚ ਜੱਸਾ ਸਿੰਘ ਰਾਮਗੜੀਆ ਜੀ ਨੂੰ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਅਤੇ ਉਸ ਮੌਕੇ 'ਤੇ ਸਰਦਾਰ ਗੁਰਕੀਰਤ ਸਿੰਘ MLA ਖੰਨਾ ਆਪ ਉਰੇ ਚੇਚੇ ਤੌਰ 'ਤੇ ਆਏ ਨੇ ਅਤੇ 1 25 ਲੱਖ ਰੁਪਈਏ ਦੀ ਗ੍ਰਾਂਟ ਜਿਹੜੀ ਮਿਊਂਸੀਪਲ ਕੌਂਸਲ ਖੰਨਾ ਵੱਲੋਂ ਰਾਮਗੜੀਆ ਭਵਨ 'ਤੇ ਲੱਗਣ ਜਾ ਰਹੀ ਹੈ ਅਤੇ ਅੱਜ ਉਹਦੀ ਅਨਾਊਂਸਮੈਂਟ ਹੋਈ ਹੈ ਅਤੇ ਅਗਲੇ ਹਫ਼ਤੇ ਉਹਦੇ ਟੈਂਡਰ ਲਾਏ ਜਾਣਗੇ ਤਾਂ ਜੋ ਕਿ ਹੋਰ ਵੀ ਜਿਹੜਾ ਉਹਦੇ ਡਿਵੈਲਪਮੈਂਟ ਦਾ ਕੰਮ ਹੈ ਜਿਹੜੀ ਇਹ ਸੰਸਥਾ ਚਲਾ ਰਹੀ ਹੈ ਬੜਾ ਵਧੀਆ ਕਰ ਰਹੀ ਹੈ ਅਤੇ ਅਗਲੇ ਹਫ਼ਤੇ ਇਹਨਾਂ ਦੇ ਟੈਂਡਰ ਲੱਗ ਕੇ ਡਿਵੈਲਪਮੈਂਟ ਦੇ ਕੰਮ ਪੂਰੇ ਕੀਤੇ ਜਾਣਗੇ। ਜੱਸਾ ਸਿੰਘ ਰਾਮਗੜੀਆ ਸਿੱਖ ਕੌਮ 'ਚ ਇੱਕ ਬਹੁਤ ਬੜੇ ਜਰਨੈਲ ਹੋਏ ਔਰ ਉਹ ਜਰਨੈਲ ਨਹੀਂ ਸੀਗੇ, ਉਹ ਬਹੁਤ ਵੱਡੇ ਗੁਰਸਿੱਖ ਸਨ। ਉਹਨਾਂ ਨੂੰ ਆਪਣੇ ਦਾਦਾ ਹਰਦਾਸ ਜੀ, ਭਗਵਾਨ ਸਿੰਘ ਜੀ ਉਹਨਾਂ ਦੇ ਪਿਤਾ ਜਿਹੜੇ ਸੀਗੇ, ਉਹਨਾਂ ਤੋਂ ਗੁੜਤੀ ਮਿਲੀ, ਪਿਆਰ ਦੀ ਗੁੜਤੀ ਮਿਲੀ, ਆਜ਼ਾਦੀ ਦੀ ਗੁੜਤੀ ਮਿਲੀ, ਦਵੇ ਕੁਚਲੇ ਸਮਾਜ ਨੂੰ ਆਜ਼ਾਦ ਕਰਾਉਣ ਵਾਸਤੇ ਉਹਨਾਂ ਨੂੰ ਇਹ ਗੁੜਤੀ ਉਹਨਾਂ ਕੋਲੋਂ ਮਿਲੀ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਮਿਸ਼ਨ ਸੀਗਾ ਕਿ ਜਿਹੜੀਆਂ ਵੀ ਦਬੀਆਂ ਕੁਚਲੀਆਂ ਕੌਮਾਂ ਸਾਰੀਆਂ ਬਰਾਬਰ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਇਸੇ ਮਿਸ਼ਨ ਨੂੰ ਲੈ ਕੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਅੱਗੇ ਵਧੇ। ਲੇਕਿਨ ਸਾਡਾ ਦੇਸ਼, ਖਾਸ ਕਰ ਸਿੱਖ ਪੰਥ, ਇਹਦੇ ਵਿੱਚ ਆਪਸੀ ਬਹੁਤ ਇੱਕ ਦੂਜੇ ਦੇ ਪ੍ਰਤੀ ਕਿਸੇ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਜਿਹੜੇ ਵੱਡੇ ਜਰਨੈਲ ਸੀਗੇ ਖੁਸ਼ ਨਹੀਂ ਸੀਗੇ। 12 ਮਿਸਲਾਂ 'ਚ ਇੱਕ ਜਿਹੜੀ ਰਾਮਗੜੀਆ ਮਿਸਲ ਸੀਗੀ, ਸਰਦਾਰ ਜੱਸਾ ਸਿੰਘ ਜੀ ਉਹਦੇ ਸਰਦਾਰ ਸੀਗੇ। ਇੱਕ ਇਹੋ ਜਿਹਾ ਵਕਤ ਆਇਆ ਕਿ ਜਦੋਂ ਉਹਨਾਂ ਨੇ ਪੰਜਾਬ 'ਚ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਇੱਥੋਂ ਦੇ ਲੋਕ ਉਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕੇ।
ਉਹਨਾਂ ਨੂੰ ਇਕੱਠੇ ਹੋ ਕੇ ਸਾਰੀਆਂ ਮਿਸਲਾਂ ਵਾਲਿਆਂ ਨੇ ਪੰਜਾਬ 'ਚੋਂ ਬਾਹਰ ਜਾਣ ਵਾਸਤੇ ਮਜਬੂਰ ਕਰ ਦਿੱਤਾ ਔਰ ਉਹ ਸਤਲੁਜ ਦਰਿਆ ਕਰੋਸ ਕਰਕੇ ਮਹਾਰਾਜਾ ਪਟਿਆਲੇ ਦੀ ਉਹਨਾਂ ਨੇ ਮਦਦ ਕੀਤੀ। ਇਸ ਤੋਂ ਬਾਅਦ ਉਹ ਸਿੱਧੇ ਦਿੱਲੀ ਪਹੁੰਚੇ। ਦਿੱਲੀ ਲਾਲ ਕਿਲ੍ਹੇ ਦੇ ਉੱਤੇ ਜਾ ਕੇ ਉਹਨਾਂ ਨੇ ਖਾਲਸੇ ਦਾ ਝੰਡਾ ਲਹਿਰਾਇਆ ਔਰ ਇਸ ਦੇ ਸਬੂਤ ਬਹੁਤ ਹੈ ਕਿ ਬਘੇਲ ਸਿੰਘ ਜੀ ਉਹਨਾਂ ਦੇ ਨਾਲ ਸੀਗੇ ਅਤੇ ਉਹਨਾਂ ਨੇ ਜਦੋਂ ਝੰਡਾ ਲਹਿਰਾਇਆ ਉੱਥੇ ਅਤੇ ਲੋਕ ਕਹਿੰਦੇ ਸੀਗੇ ਇਹ ਇਤਿਹਾਸ ਨਹੀਂ ਬਦਲ ਸਕਦਾ, ਸਿੱਖੀ ਰਾਜ ਨਹੀਂ ਕਰ ਸਕਦੀ। ਜੱਸਾ ਸਿੰਘ ਰਾਮਗੜੀਏ ਨੇ, ਬਘੇਲ ਸਿੰਘ ਨੇ ਆਲੋ ਇਹਨਾਂ ਨੇ ਬੈਠ ਕੇ ਇੱਕ ਸਕੀਮ ਬਣਾਈ ਕਿ ਸਾਡੇ ਕੋਲ ਇੰਨੀ ਮੈਨ ਪਾਵਰ ਨਹੀਂ ਹੈ, ਅਸੀਂ ਇੰਨੀ ਸੰਖਿਆ ਵਿੱਚ ਨਹੀਂ ਕਿ ਅਸੀਂ ਰਾਜ ਕਰ ਸਕੀਏ। ਉੱਥੇ ਉਹਨਾਂ ਨੇ ਆਪਣੀਆਂ ਨਿਸ਼ਾਨੀਆਂ ਲਗਾਈਆਂ। ਉਹਨਾਂ ਨੇ ਨਿਸ਼ਾਨੀ ਦੇ ਤੌਰ 'ਤੇ ਗੁਰੂ ਸਾਹਿਬ ਨੂੰ ਇੱਕ ਭੇਟਾ ਅਰਪਣ ਕਰਨ ਵਾਸਤੇ ਉੱਥੋਂ ਉਹ ਸਿੱਲ ਲਿਆਏ ਲਾਲ ਕਿਲ੍ਹੇ 'ਚੋਂ, ਜਿੱਥੇ ਮੁਗਲ ਲੋਕ ਆਪਣੇ ਬਾਦਸ਼ਾਹ ਨੂੰ ਜਿੱਥੇ ਤਾਜ ਪਹਿਨਾਉਂਦੇ ਸੀਗੇ ਜਿਹਦੇ 'ਤੇ ਬੈਠ ਕੇ, ਉਹਨਾਂ ਨੇ ਉਸ ਸਿੱਲ ਨੂੰ ਚੁੱਕਿਆ, ਉਹਨੂੰ ਘੋੜਿਆਂ 'ਤੇ ਬੱਗੀਆਂ 'ਤੇ ਲੱਦ ਕੇ ਉਹ ਇੱਥੇ ਲੈ ਕੇ ਆਏ। ਨਾਲ ਹੀ ਉੱਥੋਂ 40 ਪਿਲਰ ਉਸ ਲਾਲ ਕਿਲ੍ਹੇ 'ਚੋਂ 40 ਸੰਘ ਮਰਮੜ ਦੇ ਪਿਲਰ ਵੀ ਉਹ ਲੈ ਕੇ ਆਏ, ਜਿਹੜੇ ਉਹ ਪਿਲਰ ਇੰਨੇ ਮਜ਼ਬੂਤ ਸੀਗੇ ਉਹਨਾਂ ਨੂੰ ਲੈ ਕੇ ਉਹ ਅਨੰਦਪੁਰ ਉਹ ਸਿੱਧੇ ਅੰਮ੍ਰਿਤਸਰ ਪਹੁੰਚੇ। ਉੱਥੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਜਾ ਕੇ ਚਰਨਾਂ ਦੇ ਵਿੱਚ ਉਹਨੇ ਗੁਰੂ ਸਾਹਿਬ ਦੇ ਉਹ ਸਿੱਲ ਜਾ ਕੇ ਅਰਪਿਤ ਕਰ ਦਿੱਤੀ। ਅੱਜ ਵੀ ਉਹ ਸਿੱਲ ਉੱਥੇ ਮੌਜੂਦ ਹੈ ਜਿੱਥੇ ਰਾਮਗੜੀਆ ਬੂੰਗੇ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ। ਲੇਕਿਨ ਉਹ ਸਿੱਲ ਇੰਨੀ ਨੀਵੀਂ ਹੈ ਹਰਿਮੰਦਰ ਸਾਹਿਬ ਤੋਂ ਕਿ ਜਿੱਥੋਂ ਲੱਗਦਾ ਕਿ ਇਹ ਸਿੱਲ ਇਹ ਮੁਗਲ ਰਾਜ ਗੁਰੂ ਸਾਹਿਬ ਨੂੰ ਸਜਦਾ ਕਰ ਰਿਹਾ ਹੈ। ਤੋ ਇਹ ਇੱਕ ਨਿਸ਼ਾਨੀ ਸੀ, ਇਹ ਮਹਾਰਾਜਾ ਜੱਸਾ ਸਿੰਘ ਰਾਮਗੜੀਏ ਦੀ ਨਿਸ਼ਾਨੀ ਹੈ। ਉਹਨੂੰ ਮਹਾਰਾਜਾ ਕਿਹਾ ਗਿਆ ਕਿਉਂਕਿ ਉਹਦੀ ਸੋਚ ਮਹਾਰਾਜਾਂ ਵਰਗੀ ਸੀਗੀ, ਮਾਨਵਤਾ ਲਈ ਸੀਗੀ। ਇਸੇ ਕਰਕੇ ਉਹ ਆਪਣੀ ਲੰਬੀ ਜ਼ਿੰਦਗੀ ਜੀ ਕੇ ਗਏ, ਇੱਕ ਬਹੁਤ ਭਰਪੂਰ ਲਾਈਫ ਜੀ ਕੇ ਗਏ। ਅੱਜ ਸਾਨੂੰ ਲੋੜ ਕਿਹਾ ਹੈ ਕਿ ਉਹਨਾਂ ਦੇ ਇਤਿਹਾਸ ਨੂੰ ਲੱਭਣ ਦੀ। ਅਸੀਂ ਉਹਨਾਂ ਦੀਆਂ ਯਾਦਾਂ ਨੂੰ ਭੁੱਲਦੇ ਜਾ ਰਹੇ ਹਾਂ, ਅਸੀਂ ਉਹਨਾਂ ਦੇ ਕਾਰਨਾਮਿਆਂ ਨੂੰ ਭੁੱਲਦੇ ਜਾ ਰਹੇ ਹਾਂ, ਉਹਨਾਂ ਦੇ ਵੱਡੇ ਵੱਡੇ ਕਿਲ੍ਹੇ। ਹਰਗੋਬਿੰਦਪੁਰਾ ਇੱਕ ਰਾਮਗੜੀਆ ਅੰਤਰਰਾਸ਼ਟਰੀ ਸਿੱਖ ਹੈਰੀਟੇਜ ਸੁਸਾਇਟੀ ਬਣੀ, ਦਾਸ ਵੀ ਉਸ ਦੇ ਵਿੱਚ ਕੈਸ਼ੀਅਰ ਹੈ। ਹਰਗੋਬਿੰਦਪੁਰਾ ਮਹਾਰਾਜਾ ਜੱਸਾ ਸਿੰਘ ਰਾਮਗੜੀ ਦਾ ਮਹਿਲ ਖਰੀਦਿਆ, ਉਹ ਮਹਿਲ ਖਰੀਦਣ ਨਾਲ ਉਹਨੂੰ ਉਸਾਰੀ ਵਾਸਤੇ ਅਸੀਂ ਸ਼ੁਰੂ ਕੀਤਾ ਹੋਇਆ, ਉੱਥੇ ਉਸਾਰੀ ਸ਼ੁਰੂ ਹੋ ਚੁੱਕੀ ਹੈ। ਮਹਾਰਾਜਾ ਜੱਸਾ ਸਿੰਘ ਦਾ ਜਿਹੜਾ ਮਹਿਲ ਸੀਗਾ ਅਸੀਂ ਉਹਨੂੰ ਉਸਾਰਨਾ ਸ਼ੁਰੂ ਕੀਤਾ ਹੋਇਆ। ਇਸੇ ਤਰ੍ਹਾਂ ਅੰਮ੍ਰਿਤਸਰ 'ਚ ਇੱਕ ਬਹੁਤ ਬੜਾ ਰਾਮਗੜੀਆ ਗੇਟ ਬਣਿਆ, ਜਿਹਨੂੰ ਰਾਮ ਰਾਉਣੀ ਦਾ ਕਿਲ੍ਹਾ ਕਹਿੰਦੇ ਹੈ। ਉਹ ਉਸ ਗੇਟ ਦੇ ਅੰਦਰ ਸੀਗਾ ਰਾਮ ਰਾਉਣੀ ਦਾ ਗੇਟ, ਜਿਹੜਾ ਕਿਲ੍ਹਾ ਸੀਗਾ ਉਹ ਗੇਟ ਬਣ ਚੁੱਕਿਆ। ਇਸੇ ਤਰ੍ਹਾਂ ਰਾਮਗੜੀਆ ਬੂੰਗੇ, ਅਗਰ ਮੇਰੇ ਵੀਰਾਂ ਨੂੰ ਕਿਸੇ ਨੂੰ ਟਾਈਮ ਮਿਲੇ ਰਾਮਗੜੀਆ ਬੂੰਗਿਆਂ 'ਚ ਜਾ ਕੇ ਦੇਖਣਾ, ਉਹਨਾਂ ਦੇ ਜ਼ਮੀਨ 'ਚ ਪਤਾਲ 'ਚ ਦੇਖਣਾ ਕਿਆ ਕੁਛ ਮਹਾਰਾਜਾ ਜੱਸਾ ਸਿੰਘ ਨੇ ਬਣਾਇਆ। ਜਦੋਂ ਦੁਸ਼ਮਣ ਦੀਆਂ ਫੌਜਾਂ, ਮੁਗਲ ਫੌਜਾਂ ਖਾਲਸੇ ਪੰਥ ਦੇ ਉੱਤੇ ਜਾਂ ਨਿਮਾਣਿਆਂ ਦੇ ਉੱਤੇ ਜਾਂ ਗੁਰੂਆਂ ਦੇ ਉੱਤੇ ਜਾਂ ਲਤਾੜਿਆਂ ਦੇ ਉੱਤੇ ਹਮਲਾ ਕਰਦੀਆਂ ਸੀਗੀਆਂ, ਉਹ ਬੂੰਗੇ ਉਹਨਾਂ ਦੇ ਪਹਿਰੇਦਾਰ ਸੀਗੇ। ਉੱਥੇ ਉਹਨਾਂ ਦੇ ਵਿੱਚ ਅਸਲਾ ਰੱਖਿਆ ਜਾਂਦਾ ਸੀਗਾ, ਉਹਨਾਂ ਦੇ ਟੌਪ ਦੇ ਉੱਤੇ ਹਰਿਮੰਦਰ ਸਾਹਿਬ ਦੀ ਰੱਖਿਆ ਕੀਤੀ ਜਾਂਦੀ ਸੀਗੀ। ਅੱਜ ਅਸੀਂ ਉਸ ਮਹਾਨ ਹਸਤੀ ਦਾ ਜਨਮ ਦਿਨ ਮਨਾ ਰਹੇ ਹਾਂ। ਸਾਰੇ ਸਮਾਜ ਨੂੰ, ਪੂਰੀ ਦੁਨੀਆ ਨੂੰ, ਪੂਰੀ ਮਾਨਵਤਾ ਨੂੰ, ਖਾਸ ਕਰਕੇ ਪੰਜਾਬੀਆਂ ਨੂੰ ਮੈਂ ਇਸ ਮੌਕੇ 'ਤੇ ਬਹੁਤ ਬਹੁਤ ਵਧਾਈ ਦਿੰਦਾ। ਹਾਂ, ਸਾਡੇ ਖੰਨਾ 'ਚ ਜਿਹੜੀ ਇੱਥੋਂ ਦੀ ਬਾਬਾ ਵਿਸ਼ਕਰਮਾ ਰਾਮਗੜੀਆ ਕੌਂਸਲ ਇੱਥੇ ਦੀ ਬਣੀ ਹੋਈ ਹੈ, ਇਹ ਬੜੇ ਜੁਝਾਰੂ ਇੱਥੋਂ ਦੇ ਸਾਥੀ ਆ। ਮੈਂ ਦੇਖਿਆ ਇੱਥੇ ਵਿਸ਼ਕਰਮਾ ਸਭਾ ਵੀ, ਇਹ ਸਾਰੇ ਬੰਦੇ ਮਿਲ ਕੇ ਕੰਮ ਕਰਦੇ ਹਾਂ। ਮੈਂ ਦਾਸ ਨੂੰ ਇੱਥੇ ਕਈ ਵਾਰੀ ਆਉਣ ਦਾ ਮੌਕਾ ਮਿਲਿਆ। ਪਿਛਲੀ ਵਾਰੀ ਇੱਕ ਇੱਥੇ ਬੜਾ ਵੱਡਾ ਫੰਕਸ਼ਨ ਹੋਇਆ ਜਿਹਦੇ 'ਚ ਵਿਦੇਸ਼ਾਂ ਤੋਂ ਵੀ ਕਮ ਸੇ ਕਮ 15 ਬੁਲਾਰੇ, 15 ਜਿਹੜੇ ਸਮਾਜ ਦੇ ਵੱਡੇ ਵੱਡੇ ਬੰਦੇ, ਉਹ ਵੀ ਇੱਥੇ ਆਏ ਹੋਏ ਸੀਗੇ। ਇੱਥੋਂ ਦੀ ਉਹ ਹਰ ਚੀਜ਼ ਤੋਂ ਵਾਕਫ ਹੈ। ਔਰ ਜਿਹੜਾ ਅੱਜ ਕੋਟਲੀ ਸਾਹਿਬ MLA ਸਾਹਿਬ 1 ਕਰੋੜ ਰੁਪਏ ਦੀ ਗੱਲ ਕਰਕੇ ਗਏ ਹੈ, ਅਗਰ ਸਾਡੇ ਸਮਾਜ ਨੂੰ
ਇਹ ਸਹਾਇਤਾ ਮਿਲ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਸਰਕਾਰ ਇੱਕ ਇੱਥੇ ਵੱਡਾ ਖੰਨਾ ਸ਼ਹਿਰ ਦੇ ਵਿੱਚ ਇੰਨੀ ਵੱਡੀ ਇੱਕ ਯਾਦਗਾਰ ਬਣੇਗੀ ਵਿਸ਼ਵਕਰਮਾ ਦੀ ਕਿ ਇਹਨੂੰ ਦੁਨੀਆ ਦੇਖਣ ਵਾਸਤੇ ਆਏਗਾ। ਮੈਂ ਆਪਣੀ ਰਾਮਗੜੀਆ ਕੌਮ ਨੂੰ ਇੱਕ ਉਦੇਸ਼ ਦੇਣਾ ਚਾਹੁੰਦਾ ਕਿ ਪੋਲੀਟੀਕਲੀ ਦਿਸ ਕਮਿਊਨਿਟੀ ਇਜ਼ ਵੈਰੀ ਪੂਅਰ। ਪੋਲੀਟੀਕਲੀ ਇੱਕ ਇੱਥੇ ਗਿਆਨੀ ਜੈਲ ਸਿੰਘ ਇੱਥੋਂ ਦਾ ਰਾਸ਼ਟਰਪਤੀ ਹੋਇਆ ਇੰਡੀਆ ਦਾ, ਉਹ ਇੱਥੇ ਮੁੱਖ ਮੰਤਰੀ ਰਹੇ, ਕਾਮਯਾਬ ਮੁੱਖ ਮੰਤਰੀ ਰਹੇ, ਕਾਮਯਾਬ ਹੋਮ ਮਿਨਿਸਟਰ ਰਹੇ, ਉਸ ਕੌਮ ਦਾ ਸਰਤਾਜ ਸੀਗੇ ਜਿਨ੍ਹਾਂ ਨੇ ਜਿਹੜੇ ਭਾਰਤ ਦੇ ਰਾਸ਼ਟਰਪਤੀ ਰਹੇ। ਇਹ ਕੌਮ ਨੂੰ ਇਕੱਠੇ ਹੋਣਾ ਚਾਹੀਦਾ, ਇਹ ਕੌਮ ਵੰਡੀ ਹੋਈ ਹੈ, ਵੰਡੀਆਂ ਪਹਿਲਾਂ ਪਾਰਟੀਆਂ ਨੇ ਵੰਡਿਆ, ਫਿਰ ਆਪਸ ਵਿੱਚ ਹੀ ਵੰਡਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਆਪਸੀ ਫੁੱਟ ਨੇ ਇਹਨਾਂ ਨੂੰ ਬਹੁਤ ਪਿੱਛੇ ਪਛਾੜ ਦਿੱਤਾ। ਮੇਰੀ ਅਪੀਲ ਹੈ ਹੱਥ ਬੰਨ੍ਹ ਕੇ ਕਿ ਆਓ ਅਸੀਂ ਸਾਰੇ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਆਪਣੇ ਅਧਿਕਾਰਾਂ ਪ੍ਰਤੀ, ਮਹਾਰਾਜਾ ਜੱਸਾ ਸਿੰਘ ਦੀ ਸੋਚ ਪ੍ਰਤੀ, ਕਿਉਂਕਿ ਮਹਾਰਾਜਾ ਜੱਸਾ ਸਿੰਘ ਇੱਕ ਸ਼ਾਸਕ ਸੀਗਾ, ਪ੍ਰਸ਼ਾਸਕ ਸੀਗਾ, ਇੱਕ ਬਾਦਸ਼ਾਹ ਸੀਗਾ ਜਿਹਨੂੰ ਅਸੀਂ ਮਹਾਰਾਜਾ ਕਹਿੰਦੇ ਹਾਂ, ਉਹ ਤੋਂ ਅਸੀਂ ਸੇਧ ਲੈ ਕੇ ਇਕੱਠੇ ਹੋ ਕੇ ਆਪਣੇ ਹੱਕਾਂ ਵਾਸਤੇ ਲੜਾਈ ਲੜੀਏ। ਮੈਂ ਇਹੀ ਦੇਸ਼ ਦੇਣਾ ਚਾਹੁੰਦਾ।